ਗੁਰਬਖਸ਼ ਸਿੰਘ ਦੀ ਕਹਾਣੀ ਰਾਗਣੀ ਤੇ ਉਹਦਾ ਦਿਲਦਾਰ ਦਾ ਬਾਕੀ ਦਾ ਹਿੱਸਾ ਦਿਲਦਾਰ ਦੀ ਗਿਣਤੀ ਇਹ ਸੀ ਕਿ ਮੀਨਾ ਲਈ ਵੀ ਚੰਗਾ ਸਬਕ ਹੋਏਗਾ ਪਰ ਮੀਨਾ ਸਬਕਾਂ ਦੀ ਹੱਦ ਟੱਪ ਚੁੱਕੀ ਸੀ ਵਿਆਹ ਨੂੰ ਅਜੇ 9 ਮਹੀਨੇ ਨਹੀਂ ਸੀ ਹੋਏ ਕਿ ਉਹ ਕਿਸੇ ਅਣਜਾਣੇ ਆਦਮੀ ਨਾਲ ਨੱਠ ਗਈ ਦਿਲਦਾਰ ਨੇ ਤਲਾਕ ਲਈ ਦਰਖਾਸਤ ਦੇ ਦਿੱਤੀ ਇਸ ਸ਼ਹਿਰ 'ਚ ਰਹਿਣਾ ਮੁਸ਼ਕਲ ਵੇਖ ਕੇ ਆਪਣੇ ਮਰੀਜ਼ਾਂ ਕੋਲੋਂ ਅਥਰੂ ਭੇਜਾ ਵਿਛੋੜਾ ਮੰਗ ਲਿਆ ਕਿਸੇ ਦੂਰ ਸੂਬੇ ਚ ਵੱਡਾ ਸਾਰਾ ਬੰਨ ਬਣ ਰਿਹਾ ਸੀ ਉਥੋਂ ਦੇ ਹਸਪਤਾਲ ਦੀ ਨੌਕਰੀ ਉਸ ਲੈ ਲਈ ਮਜ਼ਦੂਰ ਮਰੀਜ਼ ਉਹਨੂੰ ਸ਼ਹਿਰੀ ਮਰੀਜ਼ਾਂ ਨਾਲੋਂ ਵਿਵੱਦ ਪਿਆਰੇ ਲੱਗੇ ਉਹਨਾਂ ਚ ਵਧੇਰੇ ਲੁੜੀਂਦਾ ਮਹਿਸੂਸ ਕਰਨ ਲੱਗ ਪਿਆ ਇੱਕ ਮਹੀਨਾ ਜੀ ਗੁਜ਼ਰਿਆ ਹੋਵੇਗਾ ਕਿ ਹਸਪਤਾਲ ਦੇ ਪ੍ਰਾਈਵੇਟ ਵਾਰਡ ਵਿੱਚ ਉਹਨੂੰ ਇੱਕ ਫੌਰੀ ਆਪਰੇਸ਼ਨ ਲਈ ਬੁਲਾਇਆ ਗਿਆ ਅਪੈਂਡੀਸਾਈਟਸ ਦਾ ਕੇਸ ਸੀ ਕਮਰੇ ਦੇ ਅੰਦਰ ਵਰਦਿਆਂ ਜਦੋਂ ਮਰੀਜ਼ ਦੇ ਬੇਸੁਰਤ ਮੂੰਹ ਤੇ ਉਹਦੀ ਨਜ਼ਰ ਪਈ ਤਾਂ ਮੁਸ਼ਕਲ ਨਾਲ ਆਪਣੀ ਚੀਕ ਰੋਕ ਸਕਿਆ ਇਹ ਰਾਗਨੀ ਸੀ ਜਿਹਨੂੰ ਆਪਣੀ ਸਾਰੀ ਆਤਮਾ ਨਾਲ ਪਿਆਰ ਕਰਦਾ ਸੀ ਜਿਹਨੂੰ ਉਹਨੇ ਏਡੀ ਬੇਵਫਾਈ ਨਾਲ ਆਪਣੇ ਜੀਵਨ ਨਾਲੋਂ ਤੋੜ ਸੁੱਟਿਆ ਸੀ ਮਰੀਜ਼ ਦੀ ਪੀੜ ਇੰਨੀ ਸੀ ਕਿ ਉਹਨੂੰ ਫੇਮ ਦਾ ਟੀਕਾ ਪਹਿਲਾਂ ਹੀ ਲਾ ਦਿੱਤਾ ਗਿਆ ਸੀ ਦਿਲਦਾਰ ਨੂੰ ਇੰਨੀ ਤਸੱਲੀ ਹੋਈ ਕਿ ਉਹ ਸੰਕਟੀ ਘੰਟੇ ਦੇ ਅੰਦਰ ਪਹੁੰਚ ਪਿਆ ਸੀ ਤੇ ਹੋਰ ਅੱਧਾ ਘੰਟਾ ਸ਼ਾਇਦ ਆਪਰੇਸ਼ਨ ਹੋ ਗਿਆ ਦਿਲਦਾਰ ਸ਼ੁਕਰਗੁਜ਼ਾਰ ਸੀ ਕਿ ਜਿਹਦਾ ਦਿਲ ਉਹਨੇ ਤੋੜਿਆ ਸੀ ਉਹਦੀ ਜਿੰਦ ਹੁਣ ਉਹਨੇ ਬਚਾ ਲਈ ਸੀ ਜਦੋਂ ਫਿਰ ਉਹ ਆਪਣੇ ਕਮਰੇ 'ਚ ਗਿਆ ਤਾਂ ਰਾਗਨੀ ਸੁੱਤੀ ਜਾਪਦੀ ਸੀ ਪਰ ਜਦੋਂ ਉਹ ਇਸਰਾਣੇ ਕੋਲ ਪਹੁੰਚਾ ਤਾਂ ਅੱਖਾਂ ਖੋਲ ਲਈਆਂ ਤੇ ਜਿਵੇਂ ਕਿਸੇ ਸੁਪਨੇ 'ਚ ਉਹਦੀਆਂ ਬਾਹਾਂ ਢੀਆਂ ਗਈਆਂ ਪਰ ਤੁਰੰਤ ਜਿਵੇਂ ਉਹਦੀ ਮੂੜ ਯਾਦ ਮੂੜ ਪਈ ਇੱਕ ਲੰਮੀ ਆਹ ਭਰ ਕੇ ਉਸਰਾਣੇ ਤੇ ਸਿਰ ਸੁੱਟ ਕੇ ਅੱਖਾਂ ਮੀਟ ਲਈਆਂ ਮੀਟੀਆਂ ਅੱਖਾਂ ਚੱਤਰੂ ਵਗ ਰਹੇ ਸਨ ਭਾਵੇਂ ਬਾਹਾਂ ਉਸ ਤੁਰੰਤ ਹੇਠਾਂ ਸੁੱਟ ਲਈਆਂ ਪਰ ਇੱਕ ਵਾਰੀ ਤਾਂ ਉਸ ਅੱਡੀਆਂ ਹੀ ਸਨ ਉਹਨੂੰ ਉਹਦੀ ਮੁਹੱਬਤ ਭੁੱਲੀ ਨਹੀਂ ਕਰੋ ਦਾ ਖਿਆਲ ਹੋਏਗਾ ਕਿ ਉਹ ਅਜੇ ਵੀ ਮੀਨਾ ਦਾ ਪਤੀ ਹੈ ਦਿਲਦਾਰ ਜ਼ਰਾ ਹੋਰ ਨੇੜੇ ਹੋ ਗਿਆ ਰਾਗਨੀ ਨੇ ਅੱਖਾਂ ਖੋਲ ਲਈਆਂ ਉਹ ਮੁਸਕਰਾਈ ਤੇ ਉਹਨੇ ਦਿਲਦਾਰ ਦਾ ਸ਼ੁਕਰੀਆ ادا ਕੀਤਾ ਦਿਲਦਾਰ ਨੇ ਬੜੇ ਸੰਕੋਚ ਤੇ ਠਰਮੇ ਸਹਿਤ ਮੀਨਾ ਨਾਲ ਆਪਣੇ ਇਲਾਕਾ ਦਾ ਜ਼ਿਕਰ ਕੀਤਾ ਉਹਦੇ ਬੁੱਲਾਂ 'ਚ ਅਜੇ ਉਹ ਲਫ਼ਜ਼ ਨਿਕਲੇ ਹੀ ਸਨ ਕਿ ਰਾਗਨੀ ਨੇ ਖੁਸ਼ੀ ਦਾ ਹੌਕਾ ਭਰ ਕੇ ਆਖਿਆ ਫਿਰ ਆਖੋਗਾ ਜੋ ਤੁਸੀਂ ਹੁਣੇ ਆਖਿਆ ਕਿ ਤੁਸੀਂ ਹੁਣ ਆਜ਼ਾਦ ਹੋ ਦਿਲਦਾਰ ਦੇ ਸਿਰ ਨਿਵਾ ਕੇ ਹਾਂ ਕਰਨ ਉਤੇ ਰਾਗਨੀ ਨੇ ਆਪਣੇ ਹੱਥ ਵਧਾਏ ਤੇ ਦਿਲਦਾਰ ਨੇ ਆਪਣੇ ਹੱਥਾਂ 'ਚ ਘੁੱਟ ਲਏ ਉਸ ਵੇਖਿਆ ਉਹ ਕੁਝ ਆਖਣਾ ਚਾਹੁੰਦੀ ਸੀ ਪਰ ਲਫ਼ਜ਼ ਫੇਰ ਬੁੱਲਾਂ ਤੋਂ ਹੀਠਾਂ ਰੁਕ ਗਏ ਇੱਕ ਦੇਵੀ ਮੁਸਕਾਨ ਉਹਦੇ ਬੁੱਲਾਂ ਤੇ ਆਈ ਡਾਲੋਂ ਟੁੱਟੇ ਫੁੱਲ ਵਾਂਗ ਉਹਨੇ ਸਰਾਣੇ ਉੱਤੇ ਫੇਰ ਸਿਰ ਸੁੱਟ ਦਿੱਤਾ ਚੁੱਪ ਹੋ ਗਈ ਉਹ ਕੀ ਆਖਣਾ ਚਾਹੁੰਦੀ ਸੀ ਦਿਲਦਾਰ ਉਡੀਕਦਾ ਰਿਹਾ ਪਰ ਉਸ ਆਖਿਆ ਕੁਝ ਨਾ ਦਿਲਦਾਰ ਨੇ ਉਹਦੀਆਂ ਗੱਲਾਂ ਦੀ ਪਲਕਤਣ ਨਾਲ ਆਪਣੇ ਬੁੱਲ ਛੁਆਏ ਰਾਗਨੀਏ ਮੈਂ ਤੈਨੂੰ ਪਿਆਰ ਕਰਦਾ ਹਮੇਸ਼ਾ ਕਰਦਾ ਰਿਹਾ ਕੀ ਆਪਣਾ ਦਿਲ ਜਿੱਤਣ ਦਾ ਫੇਰ ਮੌਕਾ ਮੈਨੂੰ ਦੇ ਸਕੇਗੀ ਪਹਿਲੇ ਵਿਛੋੜੇ ਦੇ ਸਮੇਂ ਵਾਂਗ ਰਾਗਨੀ ਨੇ ਆਪਣੀਆਂ ਉਂਗਲਾਂ ਨਾਲ ਦਿਲਦਾਰ ਦੀ ਗੱਲ ਪਲੋਸੀ ਤੇ ਫਿਰ ਉਹਦੇ ਵੱਲੋਂ ਪਾਸਾ ਪਰਤ ਲਿਆ ਦਿਲਦਾਰ ਸੋਚੀ ਪੈ ਗਿਆ ਮੇਰੀ ਸੁਤੰਤਰਤਾ ਉੱਤੇ ਉਹ ਖੁਸ਼ ਹੋਈ ਪਰ ਉਸ ਪਾਸਾ ਕਿਉਂ ਪਰਤ ਲਿਆ ਜੋ ਕਹਿਣਾ ਚਾਹੁੰਦੀ ਸੀ ਉਹ ਕਿਉਂ ਨਹੀਂ ਉਸ ਆਖਿਆ ਪਰ ਨਿਰਣਾ ਲੈਣ ਦਾ ਇਹ ਕੋਈ ਵੇਲਾ ਨਹੀਂ ਸੀ ਉਹਦਾ ਹੱਥ ਸਤਕਾਰ ਨਾਲ ਚੁੰਮ ਕੇ ਦਿਲਦਾਰ ਬਾਹਰ ਆ ਗਿਆ ਦੋ ਮਹੀਨਿਆਂ ਬਾਅਦ ਰਾਗਨੀ ਤੇ ਦਿਲਦਾਰ ਦਾ ਵਿਆਹ ਹੋ ਗਿਆ ਦਿਲਦਾਰ ਨੇ ਨੌਕਰੀ ਛੱਡ ਦਿੱਤੀ ਤੇ ਆਪਣੀ ਪ੍ਰੈਕਟਿਸ ਸ਼ੁਰੂ ਕਰਨ ਲਈ ਰਾਗਨੀ ਦੇ ਸ਼ਹਿਰ ਤੋਂ 300 ਮੀਲ ਦੂਰ ਇੱਕ ਛੋਟਾ ਸ਼ਹਿਰ ਚੁਣ ਲਿਆ ਵਿਆਹ ਹੁਣ ਤੱਕ ਇੱਕ ਗੱਲ ਵਾਰ-ਵਾਰ ਦਿਲਦਾਰ ਦੇ ਮਨ 'ਚ ਆਉਂਦੀ ਰਹੀ ਰਾਗਨੀ ਕਈ ਵਾਰ ਉਹਦੀ ਨਿੱਗੀ ਜੱਫੀ 'ਚ ਅਚਾਨਕ ਪਰਾਂ ਹੋ ਜਾਂਦੀ ਸੀ ਵਿਆਹ ਤੋਂ ਪਹਿਲੀ ਸ਼ਾਮ ਉਹ ਗੁਲਮੋਹਰ ਦੇ ਘਣੇ ਫੁੱਲਾਂ ਲੱਦੇ ਬਿਰਛੇਟ ਖਲੋਤੇ ਸਨ ਚੰਨ ਕਿਰਨ ਰਾਗਨੀ ਦੇ ਮੂੰਹ 'ਤੇ ਪੈ ਰਹੀਆਂ ਸੀ ਉਹਦੀਆਂ ਅੱਖਾਂ 'ਚ ਹੰਝੂ ਲਿਸ਼ਕਦੇ ਦਿਲਦਾਰ ਨੂੰ ਦਿਸੇ ਰਾਗਨੀ ਮੈਨੂੰ ਦੱਸ ਦੇ ਕੋਈ ਗੱਲ ਹੈ ਤੇਰੇ ਮਨ 'ਚ ਦਿਲਦਾਰ ਨੂੰ ਉਹਦੇ ਉੱਤਰ ਤੋਂ ਕੁਝ ਡਰ ਲੱਗ ਰਿਆ ਸੀ ਮਤੇ ਕਿਸੇ ਮਾਨਸਿਕ ਗੁੰਝਲ ਤੋਂ ਉਹਦੇ ਨਾਲ ਵਿਆਹ ਨਾ ਹੀ ਕਰਾਉਣਾ ਚਾਹੁੰਦੀ ਹੋਵੇ ਕੀ ਦਾਰੀਏ ਤੁਸੀਂ ਮੈਨੂੰ ਓਡਾ ਹੀ ਪਿਆਰ ਕਰਦੇ ਹੋ ਓਡਾ ਜਦੋਂ دیਵਾਨਗੀ ਦੇ ਦਿਨਾਂ 'ਚ ਉਸ ਉਸੇ دیਵਾਨਗੀ ਨਾਲ ਦਿਲਦਾਰ ਨੇ ਉਹਨੂੰ ਗਲ ਨਾਲ ਘੁੱਟ ਲਿਆ ਉਹਦੇ ਮੂੰਹ ਉਹਦੇ ਮੱਥੇ ਉਹਦੀਆਂ ਅੱਖਾਂ ਉਹਦੀ ਠੋਡੀ ਉੱਤੇ ਆਪਣਾ ਜਵਾਬ ਚਿੱਤਰ ਦਿੱਤਾ ਤੇ ਕੱਲ ਮੇਰਾ ਦਾਰੀ ਤੇ ਮੈਂ ਪਤੀ ਪਤਨੀ ਬਣ ਜਾਾਂਗੇ ਜੀਵਨ ਨੂੰ ਵੀ ਆਪਣੀ ਤਕਦੀਰ ਤੇ ਭਰੋਸਾ ਨਹੀਂ ਸੀ ਦਿਲਦਾਰ ਦੀਆਂ ਬਾਹਾਂ ਚ ਉਹਨੂੰ ਕੋਈ ਸ਼ਰਨਿਆਲਾ ਲੱਭ ਗਿਆ ਸੀ ਤਾਂ ਵੀ ਉਹਦੇ ਬੁੱਲਾਂ ਉੱਤੇ ਕੋਈ ਲਫ਼ਜ਼ ਕੰਬ ਰਹੇ ਸਨ ਜਿਨ੍ਹਾਂ ਨੂੰ ਉਹ ਬਾਹਰ ਕੱਢਣ ਦੀ ਤਾਕਤ ਇਕੱਠੀ ਨਾ ਕਰ ਸਕੇ ਵਿਆਹ ਹੋ ਗਿਆ ਗੁਆਚਾ ਸਵਰਗ ਲੱਭਣ ਤੇ ਦੇ ਖੇੜੇ ਚ ਦੋਹਾਂ ਨੂੰ ਦੱਸਣਾ ਸੁਣਨਾ ਸਭ ਭੁੱਲ ਗਿਆ ਦਿੱਲੀ ਚ ਡਾਕਟਰਾਂ ਦੀ ਇੱਕ ਕਨਵੈਨਸ਼ਨ ਹੋ ਰਹੀ ਸੀ ਦਿਲਦਾਰ ਨੂੰ ਵੀ ਸੱਦਾ ਆਇਆ ਹੋਇਆ ਸੀ ਸੋਚਿਆ ਦੋਵੇਂ ਦਿੱਲੀ ਚਲੇ ਜਾਣ रागनी ਦਾ ਸੁਹਾਗ ਸਫਰ ਹੋ ਜਾਏਗਾ ਤੇ ਉੱਥੋਂ ਮੁੜ ਕੇ ਉਹ ਪ੍ਰੈਕਟਿਸ ਸ਼ੁਰੂ ਕਰੇਗਾ। ਇੱਕ ਬੰਗਲਾ ਉਹਨਾਂ ਨਵੇਂ ਸ਼ਹਿਰ ਚ ਕਿਰਾਏ ਤੇ ਲੈ ਲਿਆ। ਅਖੀਰ ਘੜੀ ਰਾਗਨੀ ਨੇ ਇਹ ਕਹਿ ਕੇ ਸਲਾਬ ਬਦਲਾ ਦਿੱਤੀ ਕਿ ਦਿਲਦਾਰ ਇਕੱਲਾ ਦਿੱਲੀ ਹੋਵੇ। ਉਹ ਆਵੇ ਤੇ ਉਹਦੇ ਆਉਣ ਤੱਕ ਉਹ ਆਪਣਾ ਘਰ ਠੀਕ-ਠਾਕ ਕਰ ਲਏਗੀ। ਦਿਲਦਾਰ ਨੂੰ ਦਿੱਲੀ ਚ ਆਇਆਂ 2 ਦਿਨ ਹੀ ਹੋਏ ਸੀ ਅਜੇ 8 ਦਿਨ ਹੋਰ ਕਨਵੈਂਸਡ ਹੋਣੀ ਸੀ। ਦਿਲਦਾਰ ਦਾ ਇੱਕ ਸ਼ਰਾਬੀ ਵਾਕਫ ਉਹਨੂੰ ਰੈਸਟੋਰੈਂਟ ਚ ਮਿਲ ਗਿਆ। ਸ਼ਰਾਬ ਦੇ ਲੋਰ ਚ ਬੱਕਣ ਲੱਗ ਪਿਆ ਪਰਸੋ ਮੈਂ ਤੁਹਾਡੀ ਖੂਬਸੂਰਤ ਵਟੀ ਨੂੰ ਵੇਖਿਆ ਇੱਕ ਕੈਬਰੇ ਵਿੱਚ ਇੱਕ ਬੰਕੇ ਨੌਜਵਾਨ ਨਾਲ ਕਹਿੰਦੀ ਪਤੀ ਦੇਵ ਦੀ ਗੈਰ ਹਾਜ਼ਰੀ ਦਾ ਜਸ਼ਨ ਮਨਾ ਰਹੇ ਆ ਪਹਿਲਾ ਖਿਆਲ ਦਿਲਦਾਰ ਨੂੰ ਇਹ ਆਇਆ ਕਿ ਨਾਲ ਦੀ ਬਾਰੀ ਚ ਉਹਨੂੰ ھیਠਾਂ ਸੁੱਟ ਦੇ ਤੇ ਉਹ ਬਾਰੀ ਵੱਲ ਵੇਖਣ ਲੱਗ ਪਿਆ ਤੇ ਜਦੋਂ ਉਹਨੇ ਸ਼ਰਾਬੀ ਵੱਲ ਮੂੰਹ ਕੀਤਾ ਤੇ ਉਹ ਉੱਠ ਗਿਆ ਸੀ ਫਿਰ ਉਹਨੂੰ ਕਿੰਨਾ ਹੋਰ ਕੁਝ ਚੇਤੇ ਆ ਗਿਆ ਰਗਣੀ ਨੇ ਆਖੀਰੀ ਘੜੀ ਸਲਾਹ ਕੇ ਬਦਲ ਦਿੱਤੀ ਉਹ ਕੁਝ ਆਖਣ-ਆਖਣ ਕਰਦੀ ਰੁੱਕੇਉ ਜਾਂਦੀ ਹੈ ਕੋਈ ਡੁੱਗੀ ਗੱਲ ਅਨੁੱਖੀ ਜਿਹੀ ਅਨਸਮਝੀਰ ਖਾਦਾ ਉਹ ਸ਼িকার ਹੋ ਗਿਆ ਤੇ ਪਹਿਲੀ ਗੱਡੀ ਦਿੱਲੀੋਂ ਮੁੜ ਤੇ ਆ ਕਦੇ ਉਹ ਆਪਣੇ ਆਪ ਨੂੰ ਕੋਸਾ ਕੇ ਰਾਗਨੀ ਬਾਰੇ ਉਸੇਹੋ ਜਿਹਾ ਸ਼ੱਕ ਕਰ ਕਿਉਂ ਲਿਆ ਫਿਰ ਤਿਉੜੀ ਪਾਲੰਦਾ ਐਵੇਂ ਇਹੋ ਜੀ ਗੱਲ ਕਹਿਣ ਵਾਲੇ ਦੇ ਮੂੰਹ ਚੜ ਕੇ ਵੀ ਗਈ ਦੂਜੇ ਪਲ ਖਿਆਲ ਆਇਆ ਇਸ ਸ਼ਰਾਬੀ ਨੂੰ ਉਹਦੇ ਤਲਾਕ ਦਾ ਪਤਾ ਨਹੀਂ ਹੋਣਾ ਉਮੀਨਾ ਨੂੰ ਹੀ ਉਹਦੀ ਵੋਟੀ ਖਿਆਲ ਕਰਦਾ ਹੋਏਗਾ ਇਸ ਖਿਆਲ ਨੇ ਪਰਬਤ ਜੇਡਾ ਭਾਰ ਉਹਦੇ ਮਨ ਨੂੰ ਲਾ ਦਿੱਤਾ ਸਵੇਰ ਸਾਰ ਸ਼ਹਿਰ ਬਹੁਤਾ ਅਜੇ ਸੁੱਤਾ ਹੀ ਪਿਆ ਸੀ ਕਿ ਉਹਦੀ ਟੈਕਸੀ ਉਹਦੇ ਘਰ ਪਹੁੰਚ ਗਈ ਚਾਹੀ ਚਾਹੀ ਉ ਪੌੜੀਆਂ ਚੜਦਾ ਖੁਸ਼ ਸੀ ਕਿ ਕਿਸੇ ਬਹਾਨੇ ਹਫ਼ਤਾ ਪਹਿਲਾਂ ਰਾਗਨੀ ਨੂੰ ਗੱਲ ਲਾ ਲਏਗਾ ਉਹਨੂੰ ਵਿਆਹ ਕਰਦਿਆਂ ਹੀ ਇਕੱਲਿਆਂ ਬਾਹਰ ਨਹੀਂ ਸੀ ਜਾਣਾ ਚਾਹੀਦਾ ਪੰਘਰੇ ਹੋਏ ਦਿਲ ਨਾਲ ਜਦੋਂ ਦਿਲਦਾਰ ਰਾਗਨੀ ਵੱਲ ਵਧਿਆ ਤਾਂ ਰਾਗਨੀ ਨੇ ਦੇ ਮੂੰਹ ਤੇ ਅਣਕਿਆਸੀ ਖੁਸ਼ੀ ਦੀ ਥਾਂ ਅਨੋਖੀ ਜੀ ਹੈਰਾਨੀ ਉਸ ਵੇਖੀ ਰਾਗਨੀ ਮੈਂ ਤੈਨੂੰ ਡਰਾ ਹੀ ਦਿੱਤਾ ਮੇਰੇ ਕੋਲ ਹੋਰ ਉਡੀਕਿਆ ਨਹੀਂ ਗਿਆ ਤੇ ਉਹਨੇ ਉਹਨੂੰ ਗਲਵੱਕੜੀ ਚ ਘੁੱਟ ਲਿਆ ਉਹ ਹੱਸੀ ਤੇ ਉਸ ਦਿਲਦਾਰ ਦੀਆਂ ਅੱਖਾਂ 'ਚ ਤੱਕਿਆ ਪਰ ਜਦੋਂ ਦਿਲਦਾਰ ਸੌਣ ਕਮਰੇ ਵੱਲ ਵਧਿਆ ਜਿਹਦੇ 'ਚੋਂ ਨਿਕਲ ਕੇ ਆਈ ਸੀ ਤਾਂ ਰਾਗਣੀ ਦੀ ਕੋਸ਼ਿਸ਼ ਸੀ ਕਿ ਦਿਲਦਾਰ ਬੰਦ ਬੂਹੇ ਵੱਲ ਨਾ ਜਾਵੇ ਦਿਲਦਾਰ ਨੇ ਝੋਕ ਕੇ ਉਹਦੇ ਮੂੰਹ ਵੱਲ ਤੱਕਿਆ ਰਾਗਣੀ ਦੀਆਂ ਅੱਖਾਂ ਵਿੱਚ ਕਿਸੇ ਡਰ ਦਾ ਪ੍ਰਭਾਵ ਸੀ ਉਸ ਸ਼ਰਾਬੀ ਦੀ ਗੱਲ ਦਿਲਦਾਰ ਦੇ ਕੰਨਾਂ 'ਚ ਗੂੰਜ ਪਈ ਉਹ ਸਭ ਸੂਝ ਆਪਣੀ ਗਵਾ ਬੈਠਾ ਰਾਗਨੀ ਦੇ ਸਾਰੇ ਵਤੀਰੇ ਚੋਂ ਉਹਨੇ ਗੁਨਾਹ ਦਾ ਇਕਬਾਲ ਪੜ ਲਿਆ ਬਾਹਾਂ ਚ ਰਾਗਨੀ ਨੂੰ ਪਰਾਂ ਧਾਕੇ ਉਹ ਬੰਦ ਬੂਹੇ ਵੱਲ ਵਤਿਆ ਰਾਗਨੀ ਛੇਤੀ ਨਾਲ ਬੂਹੇ ਅੱਗੇ ਆਹੋ ਖਲੋਤੀ ਦਾਰਨੀ ਆਓ ਜ਼ਰਾ ਬਾਹਰ ਬਹਿ ਜਾਓ ਬੜਾ ਕੁਝ ਇੱਕ ਦੂਜੇ ਨੂੰ ਦੱਸਣ ਵਾਲਾ ਸੋਚੋ 12 ਦਿਨ ਵਿਆਹ ਨੂੰ ਹੋਏ ਨੇ ਤੇ ਦੋ ਲੰਮੇ ਦਿਨ ਤੁਸੀਂ ਬਾਹਰ ਰਹਿ ਆਏ ਹੋ ਗੱਲ ਜ਼ਰੂਰ ਕੋਈ ਹੈ ਜਿਹੜੀ ਤੁਹਾਨੂੰ ਦੱਸਣਾ ਮੈਂ ਤੁਹਾਡਾ ਹੱਕ ਸਮਝਦੀ ਆਂ ਲਫ਼ਜ਼ ਉਹਨੂੰ ਔੜ ਨਹੀਂ ਸੀ ਰਏ ਉਹਦੀਆਂ ਅੱਖਾਂ 'ਚ ਕੋਈ ਤਰਲਾ ਸੀ ਪਰ ਅਨੁਖੀ ਜੀ ਕੰਮ ਦੇ ਲਈ ਨਾਲ ਉਸ ਨੇਵੀਆਂ ਪਾਲੀਆਂ ਤੇ ਬਾਹਾਂ ਮੁੜ ਦਿਲਦਾਰ ਦੇ ਗਲ ਪਾਣੀਆਂ ਚ ਆਈਆਂ ਉਹਦੀ ਸਾਰੀ ਸੂਰਤ ਦਿਲਦਾਰ ਦੇ ਅੰਦਰ ਲਈ ਮਨ ਨੂੰ ਪਿਆਰਨ ਤੇ ਪੂਜਣਯੋਗ ਲੱਗ ਰਹੀ ਸੀ ਪਰ ਉਹਦਾ ਬਾਹਰਲਾ ਮਨ ਪੱਕਾ ਹੋ ਰਿਹਾ ਸੀ ਕਿ ਉਹ ਨੂੰ ਆਪਣੇ ਲਾੜਚ ਫਸਾ ਰਹੀ ਹੈ ਬੜੇ ਰੋਚ ਆ ਕੇ ਦਿਲਦਾਰ ਨੇ ਆਖਿਆ ਪਰਾਂ ਹੋ ਕੇ ਖਲੋ ਜਾ ਕਿ ਨੂੰ ਛੁਪਾ ਰੱਖਿਆ ਇਸ ਅੰਦਰ ਜਿਹਦੇ ਬੂਏ ਦੀ ਰਾਖੀ ਤੂਪੀ ਕਰਨੀ ਹੈ ਢੰਮ ਬੂਆ ਤੱਕ ਕਿ ਉਹ ਅੰਦਰ ਪੜ ਗਿਆ ਇੱਕ ਚੀਕ ਉਹਦੇ ਅੰਦਰੋਂ ਉੱਠੀ ਇੱਕ ਬੱਚਾ ਰੇਸ਼ਮੀ ਓੜਨੇ 'ਚ ਤੇ ਝਾਲਰਦਾਰ ਸਰਾਣਿਆਂ ਉੱਤੇ ਲੇਟਿਆ ਮੁਸਕਰਾ ਰਿਹਾ ਸੀ ਦਿਲਦਾਰ ਨੇ ਰਾਗਣੀ ਵੱਲ ਵੇਖਿਆ ਬੇਰੰਗ ਉਹਦਾ ਮੂੰਹ ਸੀ ਉਹ ਚੱਲਾ ਹੋ ਗਿਆ ਕਿਹਦਾ ਬੱਚਾ ਹੈ ਇਹਨੂੰ ਤੂੰ ਕਿਉਂ ਮੇਰੇ ਘਰ ਲੁਕਾ ਰੱਖਿਆ ਦਿਲਦਾਰ ਈਰਖਾ ਤੇ ਗੁੱਸੇ ਨਾਲ ਚੱਲਾ ਹੋਇਆ ਪਿਆ ਸੀ ਹੁਣ ਰਾਗਣੀ ਨੇ ਡਾ ਰੱਖਾਂ ਨਾਲ ਉਹਦੇ ਵੱਲ ਵੇਖ ਰਹੀ ਕਿ ਉਹਦੇ ਬੁੱਲਾਂ ਉੱਤੇ ਕੋਮਲ ਜਿਹੀ ਮੁਸਕਣੀ ਵੀ ਆ ਗਈ ਸੀ ਉਹਨੇ ਬੜੀ ਲਾਡ ਨਾਲ ਦਿਲਦਾਰ ਵੱਲ ਬਾਹਾਂ ਵਧਾਈਆਂ ਪਰ ਦਿਲਦਾਰ ਨੂੰ ਉਹਦੀਆਂ ਬਾਹਾਂ ਕਿਸੇ ਜਾਲ ਦੀਆਂ ਰस्सियां ਜਾਪੀਆਂ ਇਹ ਤੇਰਾ ਬੱਚਾ ਹੈ ਉਹ ਕੜ ਗਿਆ ਰਾਗਨੀ ਦੀਆਂ ਬਾਹਾਂ ਦਿਲਦਾਰ ਦੇ ਗਲ ਦੁਆਲੇ ਪੈਣ ਵਾਲੀਆਂ ਸੀ ਤੇ ਉਹਦੇ ਬੁੱਲਾਂ ਉੱਤੇ ਕੁਝ ਲਫ਼ਜ਼ ਵੀ ਸਨ ਪਰ ਦਿਲਦਾਰ ਕੁਝ ਵੀ ਸੁਣਨ ਦੇ ਰੌਂਚ ਨਹੀਂ ਸੀ ਰਾਗਨੀ ਬੜੀ ਹਲੇਮੀ ਨਾਲ ਦਿਲਦਾਰ ਦੀਆਂ ਅੱਖਾਂ 'ਚ ਤੱਕ ਰਹੀ ਸੀ ਤੇ ਆਪਣਾ ਮਲਕਾਂ ਵਰਗਾ ਸਿਰੋ ਦੇ ਸਵਾਲ ਦੇ ਜਵਾਬ 'ਚ ਹਿਲਾ ਰਹੀ ਸੀ ਦਿਲਦਾਰ ਕੁਝ ਵੀ ਵੇਖਣ ਦੇ ਰੌਂਚ ਨਹੀਂ ਸੀ

ਤਾਰ ਕਰ ਰਾਜਾਇਆ ਰਾਗਣੀ ਨੂੰ ਤਾਰ ਦੇ ਦਿੱਤੀ ਤੂੰ ਫਿਰ ਮੈਨੂੰ ਕਦੇ ਨਹੀਂ ਵੇਖੇਂਗੀ ਅਸੀਂ ਇੱਕ ਦੂਜੇ ਲਈ ਮਰ ਗਏ ਉਹਦੇ ਦਿਮਾਗ 'ਚ ਸੱਚੀ ਕੋਈ ਪੁਰਜ਼ਾ ਨਕਾਰਾ ਹੋ ਗਿਆ ਸੀ ਉਹਦੇ ਹੱਥਾਂ 'ਚ ਕਾਰ ਦਾ ਵੀਲ ਬੁੜਕ-ਬੁੜਕ ਪੈਂਦਾ ਸੀ ਗੱਡੀ ਸਾਵੀ ਨਹੀਂ ਸੀ ਤੁਰ ਰਹੀ ਸਾਹਮਣੇ ਆਉਂਦਾ ਉਹਨੂੰ ਟਰੱਕ ਦਿਸਿਆ ਉਹਨੂੰ ਬਾਹਰ-ਬਾਹਰ ਆਉਂਦਾ ਆਪਣਾ ਸੁਪਨਾ ਚੇਤੇ ਆ ਗਿਆ ਉਹ ਕਾਰ ਰੁਕਣੀ ਚਾਹੁੰਦਾ ਸੀ ਬ੍ਰੇਕ ਉੱਤੇ ਪੈਰ ਪਹੁੰਚਦਾ ਨਹੀਂ ਕਦਮੋਂ ਕਦਮ ਗੱਡੀ ਆਪਣੀ ਤਕਦੀਰ ਨਾਲ ਟਕਰਾਉਣ ਤੱਕ ਵਧੇ ਜਾਂਦੀ ਉਨੇ ਬੜੀ ਬ੍ਰੇਕ ਮਾਰੀ ਪਰ ਬ੍ਰੇਕ ਦੀ ਥਾਂ ਪੈਰ ਐਕਸੀਲੇਟਰ ਨੂੰ ਦਬਾ ਰਿਹਾ ਸੀ ਦਿਲਦਾਰ ਨੂੰ ਜਦੋਂ ਹੋਸ਼ ਆਈ ਉਹਦੇ ਸਰਾਨੇ ਰਾਗਣੀ ਬੈਠੀ ਤਰਸ ਭਰੇ ਪਿਆਰ ਨਾਲ ਤੱਕ ਰਹੀ ਸੀ ਹਾਦਸੇ ਦੇ ਬਾਅਦ ਇੱਕ ਡਾਕਟਰ ਨੇ ਉਹਦੇ ਕਾਗਜ਼ ਵੇਖੇ ਨਾਂ ਤੇ ਪਤਾ ਪੜ੍ਹ ਕੇ ਆਪਣੀ ਗੱਡੀ ਚੋਂ ਦਿਲਦਾਰ ਨੂੰ ਉਹਦੇ ਘਰ ਪਹੁੰਚਾ ਗਿਆ ਸੱਟਪੇਟ ਕੋਈ ਨਹੀਂ ਸੀ ਲੱਗੀ ਸਿਰਫ ਦਿਮਾਗੀ ਥਕਾਈ ਸੀ ਦਿਲਦਾਰ ਨੂੰ ਬੜੀ ਸ਼ਰਮ ਆ ਰਹੀ ਸੀ ਕਿ ਕਿੰਡੀ ਬੇਰਹਿਮੀ ਨਾਲ ਉਹ ਰਾਗਣੀ ਨੂੰ ਬੇਹੋਸ਼ ਛੱਡ ਗਿਆ ਸੀ ਕਸੂਰਵਾਰ ਨਾਲ ਵੀ ਬੇਰਹਿਮੀ ਉਹਦੀ ਮਨੁੱਖਤਾ ਨੂੰ ਸ਼ਰਮਾ ਰਹੀ ਸੀ ਉਹਨੇ ਪ੍ਰਸਥਿਤ ਵਿੱਚ ਬਾਹਾਂ ਡੀਆਂ ਰਾਗਣੀ ਨੇ ਆਪਣੇ ਗਲ ਪਾ ਲਈ ਆ ਦਾਰੀ ਤੁਸੀਂ ਚਲੇ ਗਏ ਹੋਸ਼ ਚਾਈ ਬੋਰੀ ਹੋਈ ਮੈਂ ਆਪਣੇ ਦਾਰੀ ਨੂੰ ਢੂੰਡਦੀ ਫਿਰੀ ਤੁਸੀਂ ਨਾ ਲੱਭੇ ਮੈਂ ਪ੍ਰਾਰਥਨਾ ਕਰ ਰਹੀ ਸਾਂ ਰੱਬਾ ਦਾਰੀ ਮੇਰਾ ਮੈਨੂੰ ਮੋੜ ਦੇ ਸਾਰਾ ਮੇਰਾ ਕਸੂਰ ਸੀ ਸੱਚਾਈ ਮੈਂ ਤੁਹਾਨੂੰ ਦੱਸ ਨਾ ਸਕੀ ਉਸੇ ਦਿਨ ਹੀ ਮੈਂ ਦੱਸਣਾ ਚਾਹਦੀ ਸਾਂ ਜਦ ਦਿਨ ਮੈਂ ਪੁੱਛਿਆ ਸੀ ਕਿ ਉਸੇ دیਵਾਨਗੀ ਨਾਲ ਮੈਨੂੰ ਪਿਆਰ ਕਰਦੇ ਹੋ ਫਿਰ ਮੈਂ ਸੋਚਿਆ ਵਿਆਹ ਹੋ ਲਈ ਦਸਣਾ ਸੁਖਾਲਾ ਹੋ ਜਾਏਗਾ ਹੁਣ ਫਿਰ ਉਹ ਰੁਕ ਗਈ ਤੇ ਉਹਦੀਆਂ ਗੱਲਾਂ ਮਾਸੂਮ ਜਿਹੀ ਸ਼ਰਮ ਨਾਲ ਲਾਲ ਹੋ ਗਈਆਂ ਪਰ ਉਹਦੀਆਂ ਅੱਖਾਂ ਨਿਰਮਲ ਸਨ ਦਾਰਨੀਏ ਤੁਹਾਨੂੰ ਨਹੀਂ ਪਤਾ ਤੁਸੀਂ ਪਛਾਣਦੇ ਨਹੀਂ ਇਹ ਬੱਚਾ ਤੁਹਾਡਾ ਹੈ ਤੁਹਾਡੇ ਪਿਆਰ ਨੇ ਮੇਰੀ ਮਰਿਆਦਾ ਦੀ ਸਾਲ ਪਰ ਸੰਭੀ ਕੰਧ ਉੜਕਟਾ ਸੁਟੇ ਮੈਂ ਉਦੋਂ ਜਾਂਤਾ ਉਹ ਤੁਹਾਡਾ ਮੈਨੂੰ ਆਪਣੀ ਪਤਨੀ ਬਣਾਉਣ ਦਾ ਬੇਸ਼ਬਦ ਐਲਾਨ ਸੀ ਨਾ ਕੁਝ ਵੀ ਕਰਨੋਂ ਤੁਹਾਨੂੰ ਵਰਜ ਨਾ ਸਕੇ ਮੈਂ ਕਮਜ਼ੋਰ ਸਾਬਤ ਹੋਈ ਰੱਬ ਨੇ ਮੈਨੂੰ ਸਜ਼ਾ ਦੇ ਦਿੱਤੀ ਮੀਨਾ ਨੂੰ ਮੇਰੇ ਰਾਹ 'ਚ ਲਿਆ ਖੜਾ ਕੀਤਾ ਉਹਦੇ ਨਾਲ ਤੁਹਾਡੇ ਵਿਆਹ ਦੀ 6 ਮਹੀਨਿਆਂ ਪਿਛਲੇ ਤੁਹਾਡਾ ਬੱਚਾ ਪੈਦਾ ਹੋਇਆ ਤੁਸੀਂ ਮੇਰੇ ਤੇ ਆਪਣੇ ਬੱਚੇ ਕੋਲ ਉਗਵਾਚ ਗਏ ਸੋ ਮੈਂ ਵੀ ਗੁਆਚ ਜਾਣ ਦਾ ਫੈਸਲਾ ਕਰ ਲਿਆ ਤੁਸੀਂ ਲੱਪੇ ਨਰਸਰੀ ਵਿੱਚੋਂ ਇਹਨੂੰ ਕੱਲ ਹੀ ਮੈਂ ਘਰ ਲੈ ਆਈ ਹਾਂ ਕਿ ਤੁਹਾਡੀ ਵਾਪਸੀ ਉੱਤੇ ਤੁਹਾਡੇ ਲਈ ਅਚੰਭਾ ਪੇਟ ਕਰਾਂਗੀ ਪਰ داری ਨੇ ਮੈਨੂੰ ਗੱਲ ਕਰਨ ਦਾ ਮੌਕਾ ਹੀ ਨਾ ਦਿੱਤਾ ਓ ਸਾਡਾ ਪੁੱਤਰ ਦਿਲਦਾਰ ਚੀਕ ਮਾਰ ਉੱਠਿਆ ਉਹ ਉਹ ਰਾਗਣੀਏ ਤੂੰ ਮੇਰੀ ਨਿੱਕੇ ਜੀ ਮਾਸੂਮ ਜਿੰਦ ਤੇ ਰਾਗਣੀ ਨੂੰ ਬਾਹਾਂ 'ਚ ਲੈ ਕੇ ਉਹ ਬੱਚੇ ਵਾਲੇ ਅੰਦਰ ਗਿਆ ਰਾਗਣੀ ਨੇ ਕੁੱਛੜ ਚੁੱਕ ਕੇ ਬੱਚੇ ਦਾ ਮੂੰਹ ਦਿਲਦਾਰ ਵੱਲ ਕੀਤਾ ਦਿਲਦਾਰ ਨੇ ਕਾਕੇ ਦਾ ਮੂੰਹ ਚੁੰਮਿਆ ਤੇ ਫੇਰ ਰਾਗਣੀ ਦਾ ਧੰਨਵਾਦ